ਸਤਿ ਸ਼੍ਰੀ ਅਕਾਲ ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ ਹਰਦੇਵ ਵਨਨੈਸ ਫਾਊਂਡੇਸ਼ਨ ਵੱਲੋਂ ਸਥਾਨਕ ਮੰਡੀ ਵਾਲੀ ਧਰਮਸ਼ਾਲਾ ਵਿਖੇ ਵਿਸ਼ਾਲ ਖੂਨਦਾਨ ਅਤੇ ਅੱਖਾਂ ਦਾ ਕੈਂਪ ਲਗਾਇਆ ਗਿਆ ਕੈਂਪ ਦੀ ਸ਼ੁਰੂਆਤ ਸੰਸਥਾ ਦੀ ਮੈਡਮ ਮਮਤਾ ਵੱਲੋਂ ਕੀਤੀ ਗਈ ਕੈਂਪ ਦੌਰਾਨ ਬਲੱਡ ਬੈਂਕ ਸਿਵਲ ਹਸਪਤਾਲ ਬਠਿੰਡਾ ਦੀ ਟੀਮ ਵੱਲੋਂ ਕੁੱਲ 96 ਯੂਨਿਟ ਖੂਨ ਇਕੱਠਾ ਕੀਤਾ ਗਿਆ ਜਦੋਂ ਕਿ ਸੰਸਥਾ ਵੱਲੋਂ ਖੂਨ ਦਾਨ ਕਰਨ ਵਾਲੇ ਵਿਅਕਤੀਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਅੱਖਾਂ ਦਾਨ ਕਰਨ ਵਾਲੇ ਦਾਨੀ ਸੱਜਣਾ ਨੇ ਵੀ ਆਪਣੇ ਮਰਨ ਉਪਰੰਤ ਅੱਖਾਂ ਦਾਨ ਸੰਬੰਧੀ ਫਾਰਮ ਭਰੇ ਇਸ ਮੌਕੇ ਮੈਡਮ ਮਮਤਾ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਸਿਹਤ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਾੜਾ ਪ੍ਰਭਾਵ ਨਹੀਂ ਹੁੰਦਾ ਸਗੋਂ ਮਨੁੱਖ ਵੱਲੋਂ ਦਾਨ ਕੀਤੇ ਖੂਨ ਨਾਲ ਕਿਸੇ ਵੀ ਵਿਅਕਤੀ ਨੂੰ ਨਵੀਂ ਜ਼ਿੰਦਗੀ ਮਿਲ ਸਕਦੀ ਹੈ ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਅਮਨ ਤਾਗੜ ਦੀ ਰਿਪੋਰਟ ਸੇਠ ਜੀ ਹੈ ਮੈਂ ਹਰਦੇਵ ਵਨਨੈਸ ਫਾਊਂਡੇਸ਼ਨ ਦਾ ਪ੍ਰੈਜ਼ੀਡੈਂਟ ਵੀ ਹਾਂ ਅੱਜ ਸਾਡੀ ਸੰਸਥਾ ਵੱਲੋਂ ਇੱਥੇ ਬਲੱਡ ਡੋਨੇਸ਼ਨ ਕੈਂਪ ਅਤੇ ਆਈ ਡੋਨੇਸ਼ਨ ਕੈਂਪ ਲਗਾਇਆ ਗਿਆ ਲਗਭਗ ਸਾਡਾ ਟੀਚਾ ਹੈ ਕਿ ਅੱਜ 100 ਯੂਨਿਟ ਜਿਹੜੇ ਬਲੱਡ ਦੇ ਨੇ ਉਹ ਇੱਥੇ ਡੋਨੇਟ ਹੋਣਗੇ ਔਰ 50 ਤੋਂ ਉੱਪਰ ਅੱਜ ਸਵੇੱਛਾ ਨਾਲ ਆਪਣੀਆਂ ਅੱਖਾਂ ਦਾਨ ਵਾਸਤੇ ਰਜਿਸਟਰ ਕਰਵਾਏ ਜਾਣਗੇ ਜਿਹੜੇ ਵਲੰਟੀਅਰਸ ਆਏ ਨੇ ਸਾਡਾ ਜਿਹੜਾ ਮੇਨ ਸੰਸਥਾ ਦਾ ਕੰਮ ਹੈ ਉਹ ਇਹੀ ਲੋਕਾਂ ਨੂੰ ਜਾਗਰੂਕ ਕਰਨਾ ਕਿ ਜਿੰਦੇ ਜੀ ਅਸੀਂ ਰਕਤਦਾਨ ਕਰੀਏ ਮਰਨ ਉਪਰੰਤ ਅਸੀਂ ਅੱਖਾਂ ਦਾਨ ਕਰੀਏ ਤਾਂ ਕਿ ਜੋ ਇਹ ਕਿਸੇ ਕੋਈ ਸਾਡੇ ਜਾਣ ਤੋਂ ਬਾਅਦ ਵੀ ਸਾਡੀਆਂ ਅੱਖਾਂ ਨਾਲ ਦੇਖ ਸਕੇ ਔਰ ਇਹਦੇ ਨਾਲ ਨਾਲ ਹੀ ਸਾਡਾ ਜਿਹੜਾ ਇੱਕ ਨਾਰਾ ਹੈ ਕਿ ਇਨਸਾਨ ਦਾ ਜਿਹੜਾ ਰਕਤ ਹੈ ਉਹ ਨਾਲੀਆਂ 'ਚ ਨਹੀਂ ਨਾਲੀਆਂ 'ਚ ਵਹਿਣਾ ਚਾਹੀਦਾ ਹੈ ਔਰ ਮਨੁੱਖਤਾ ਜਿਹੜੀ ਹੈ ਉਹ ਜਾਗਰੂਕ ਕਰਨੀ ਚਾਹੀਦੀ ਹੈ ਅੱਜ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਇੰਨੀ ਤਰੱਕੀ ਦੇ ਬਾਵਜੂਦ ਵੀ ਖੂਨ ਇੱਕ ਐਸੀ ਚੀਜ਼ ਹੈ ਜਿਹੜੀ ਵਿਗਿਆਨ ਵੀ ਬਣਾ ਨਹੀਂ ਪਾਈ ਉਹ ਇਨਸਾਨ ਦੀਆਂ ਰਗਾਂ 'ਚੋਂ ਹੀ ਇਨਸਾਨ ਦੀਆਂ ਰਗਾਂ 'ਚ ਜਾਣਾ ਚਾਹੀਦਾ ਹੈ ਇਸ ਲਈ ਮੇਰੀ ਅਪੀਲ ਹੈ ਕਿ ਜਿਹਨੂੰ ਜਦੋਂ ਵੀ ਮੌਕਾ ਮਿਲੇ ਇਹ ਰਕਤਦਾਨ ਜ਼ਰੂਰ ਕਰੇ ਕਦੀ ਵੀ ਪਿੱਛੇ ਨਾ ਹਟੇ ਇਹ 3 ਮਹੀਨੇ 'ਚ ਫਿਰ ਪੂਰਾ ਹੋ ਜਾਂਦਾ ਹੈ ਨਾ ਹੀ ਇਹ ਤੋਂ ਕੋਈ ਕਮਜ਼ੋਰੀ ਆਉਂਦੀ ਹੈ ਅਤੇ ਮਰਨ ਉਪਰੰਤ ਵੀ ਆਪਾਂ ਸਾਰੇ ਕੋਸ਼ਿਸ਼ ਕਰੀਏ ਕਿ ਆਪਣੀਆਂ ਅੱਖਾਂ ਦਾਨ ਕਰਕੇ ਜਾਈਏ ਤਾਂ ਕਿ ਕਿਸੇ ਦੀ ਹਨੇਰੀ ਜਿਹੜੀ ਜ਼ਿੰਦਗੀ ਹੈ ਉਹ ਫਿਰ ਤੋਂ ਇੱਕ ਵਾਰੀ ਰੋਸ਼ਨ ਹੋ ਸਕੇ ਕਿੰਨਾ ਵੱਲੋਂ ਜਿਹੜਾ ਹੈਗਾ ਬਲੱਡ ਜਿਹੜਾ 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 ਬਲੱਡ ਕੈਂਪ ਲੱਗਿਆ ਕਿੰਨਾ ਵੱਲੋਂ ਜਿਹੜੀ ਕਿਹੜੀ ਇਹ ਹਰਦੇਵ ਵਨਨੈਸ ਫਾਊਂਡੇਸ਼ਨ ਵੱਲੋਂ ਬਲੱਡ ਕੈਂਪ ਲੱਗ ਰਿਹਾ ਅਤੇ ਬਠਿੰਡਾ ਸਿਵਲ ਹਸਪਤਾਲ ਦੀ ਜਿਹੜੀ ਬਲੱਡ ਬੈਂਕ ਦੀ ਟੀਮ ਇੱਥੇ ਆਈ ਹੈ ਜਿਹੜੀ ਬਲੱਡ ਲੈ ਰਹੀ ਹੈ ਹਾਂਜੀ ਸਰ ਕੀ ਨਾਮ ਹੈ ਜੀ ਦਵਿੰਦਰ ਕੁਮਾਰ ਨਾਮ ਜੀ ਮੇਰਾ ਦਵਿੰਦਰ ਕੁਮਾਰ ਜੀ ਕੀ ਕਹਿਣਾ ਚਾਹੋਗੇ ਅੱਜ ਬਲੱਡ ਡੋਨੇਸ਼ਨ ਕੈਂਪ ਅਤੇ ਜਿਹੜੀਆਂ ਸਵੈ ਇੱਛਾ ਨਾਲ ਅੱਖਾਂ ਦਾਨ ਵਾਸਤੇ ਕੈਂਪ ਲਾਇਆ ਤੁਸੀਂ ਬਲੱਡ ਡੋਨੇਟ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਸਾਡਾ ਜੋ ਮੇਨ ਮਕਸਦ ਹੈ ਉਹ ਅਸੀਂ ਵਨਨੈਸ ਸਾਬਿਤ ਕਰਨਾ ਚਾਹੁੰਦੇ ਹਾਂ ਕਿ ਅਸੀਂ ਬਲੱਡ ਦੇ ਕੇ ਇਹ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਸਾਰੇ ਇੱਕੋ ਹੀ ਹਾਂ ਇੱਕੋ ਪਰਮਾਤਮਾ ਦੇ ਸੰਤਾਨ ਹਾਂ ਸਾਨੂੰ ਇਹੀ ਮਤਲਬ ਇਸ ਤੋਂ ਸਿੱਖਿਆ ਮਿਲੀ ਕਿ ਸਾਨੂੰ ਇਹ ਪਤਾ ਲੱਗਿਆ ਹੈ ਕਿ ਜਿਹੜਾ ਖੂਨ ਹੈ ਉਹ ਸਭ ਦਾ ਲਾਲ ਹੈ ਚਾਹੇ ਉਹ ਸੰਸਾਰ ਨੂੰ ਕਿਸੇ ਦਾ ਵੀ ਖੂਨ ਆਉਂਦੇ ਸਭ ਦਾ ਖੂਨ ਲਾਲ ਹੈ ਅਤੇ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਅਸੀਂ ਸਾਰੇ ਇੱਕੋ ਪਰਮਾਤਮਾ ਦੇ ਸੰਤਾਨ ਹਾਂ ਕਿੰਨੇ ਕੁ ਜਿਹੜਾ ਅੱਜ ਜਿਹੜੀ ਕਿੰਨਾ ਕੁ ਯੂਨਿਟ ਜਿਹੜੇ ਇਕੱਠੇ ਕਰਨ ਦਾ ਤੁਹਾਡਾ ਟੀਚਾ ਲੈ ਕੇ ਚੱਲਿਆ 150 ਯੂਨਿਟ ਕਰਨ ਦਾ ਟੀਚਾ ਹੈ ਕਹਿੰਦੇ ਕਿ 150 ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਲੋਕਾਂ ਨੂੰ ਵੀ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਕਿ ਬਲੱਡ ਡੋਨੇਟ ਕਰਨ ਤੋਂ ਕਦੇ ਵੀ ਪਿੱਛੇ ਨਾ ਹਟਣ ਜਦੋਂ ਕਿਸੇ ਨੂੰ ਆਪਣੇ ਨੂੰ ਲੋੜ ਪੈਂਦੀ ਹੈ ਤਾਂ ਉਹਨੂੰ ਅਹਿਸਾਸ ਹੁੰਦਾ ਹੈ ਕਿ